நின்னா வாழடியே நிமரி வஞ்சலி தின்னு தான் தூவே மேரா தீனி மான் தத்தோ मैं तेन कैसे मेरी हीर बुलाई तू अगों हमशीर बुला ली नी नैना वालड़िए नी तेरा शोए बड़ा दिलदार मैं तेरे पिछे होया वा खवार ला दे रेटिंग दे अंबार नी ये गल पुलीना थोड़ा पीछे हो जाओ ये रांझा है कोई मांझा नहीं ये जूती जो है ना ये पड़ती बड़ी जोर से हां जी ओ माशाल्लाह और वो हील की तरफ से जी मैंने आपसे कहा था क्या कि मैं आ रहा हूं तो आपको पता था इसलिए आपने इतना हुस्न बुला लिया अरे मुझे पता था कि आपने आज नहीं आना इसीलिए इनको बुलाया था हाय हाय रांझन कंफ्यूज कर हीरे ओ उधर वीरे हीरे वीरे हीरे वीरे अच्छा तीनों में से किसको कह रहे हो बहुत मैं लगता नवा पार्लर खोल बैठी तीनों चो जिन्नू भी ऑफर करनी है ना मन इन्हें जाना वेरी नाइस बहुत बहुत शुक्रिया मेरा मैसेज पहुंचाने का एक ही कीता हीरे आज नाल सोनी भी ले आई है रांझन कंफ्यूज करना चाह रही है रांझा डबल माइंडेड हो गया है कि रांझा बना के माहीवाल बना गाल सुनो जी ए पुराना वेला टूर गया जे अच्छा ए ना हो इथे लितरो लितरी हो जाए हीरे मैं तेरे इश्क च पागल हो गया हीरे की गल है आजकल चूरी नहीं लेके आ रही क्यों महंगा हो गया जहर महंगा हो गया हीरे मेरे लिए जहर लेके आएंगी जी बिल्कुल चख के लेके आवी चखन दी लोड़ नहीं ਤੁਸੀਂ ਇੰਜ ਠੀਕ ਹੋ ਹੀਰ ਤੇ ਬੇਵਫਾਈ ਕਰ ਰਹੀ ਹੈ ਮੇਰਾ ਖਿਆਲ ਹੈ ਕਿ ਮੈਂ ਕੋਈ ਸੋਹਣੀ ਹੱਲ ਹੋਵਾਂ ਸ਼ਾਇਦ ਕੁਝ ਸੋਹਣੀ ਕੋਲੋਂ ਮੈਨੂੰ ਬਰਕਤ ਪੈ ਜਾਵੇ ਸੋਹਣੀ ਹੈ ਐਡੇ ਬ੍ਰਾਂਡਡ ਸੂਟ ਕਿੱਥੋਂ ਲੈਣੀ ਬ੍ਰਾਂਡਾਂ ਤੋਂ ਬ੍ਰਾਂਡਾਂ ਬ੍ਰਾਂਡਾਂ ਤੋਂ ਬਹੁਤ ਅੱਛੇ ਕੀ ਬਾਤ ਹੈ ਹੀਰੇ ਐਡੇ ਮਹਿੰਗੇ ਸੂਟ ਕਿਵੇਂ ਮੈਂ ਤੈਨੂੰ ਲੈ ਕੇ ਦੇਵਾਂਗਾ ਮੇਰੀ ਤੇ ਇੰਨੀ ਇਨਕਮ ਹੀ ਨਹੀਂ ਹੀਰੇ ਤੁਹਾਡੇ ਕੋਲੋਂ ਮੰਗੇ ਕਿੰਨੇ ਨੇ ਕਿਉਂ ਭੁੱਲੀ ਜਾਣ ਡਿਆ ਹੁਣ ਸੋਹਣੀ ਕੋਲ ਬੈਠਾ ਤਾਂ ਉਹਨੂੰ ਵੀ ਹੀਰੇ ਹੀ ਕਹੀ ਜਾ ਰਹੇ ਰਾਂਝੇ ਨੂੰ ਸੋਹਣੀ ਚੋਂ ਵੀ ਹੀਰ ਨਜ਼ਰ ਆਉਂਦੀ ਸੋਹਣੀ ਹੌਲੀ ਬੋਲੋ ਹਾਂ ਹੀਰ ਚਾਹੁੰਦੀ ਹੈ ਮੇਰੇ ਕੋਲ ਹੀ ਰਹੇ ਮੈਨੂੰ ਪਤਾ ਹੈ ਹੀਰ ਹਰ ਗੱਲ 'ਚ ਜਿਹੜਾ ਇੰਟਰਪਟ ਕਰ ਰਹੀ ਹੈ ਨਾ ਹੀਰ ਚਾਹੁੰਦੀ ਹੈ ਰਾਂਝਾ ਉੱਠ ਕੇ ਨਾ ਜਾਏ ਇੱਥੋਂ ਹੈ ਮੈਨੂੰ ਇਜਾਜ਼ਤ ਹੈ ਮੈਂ ਚੱਪਲ 'ਤੇ ਸਵਾਗਤ ਕਰ ਸਕਦੀ ਜੀ ਜੀ ਹਾਂ ਜੀ ਜ਼ਰੂਰ ਜ਼ਰੂਰ ਹੀਰੇ ਤੇਰੀਆਂ ਜੁੱਤੀਆਂ ਘਿਓ ਦੀਆਂ ਨਾਲਾਂ ਹੀਰੇ ਹੀਰੇ ਐਡੀ ਕਸੀ ਜੁੱਤੀ ਨਵੀਂ ਨਹੀਂ ਲੱਗੀ ਕਿੰਨੇ ਕੁ ਸਾਲਾਂ ਤੋਂ ਇਹੀ ਰੱਖੀ ਆ ਹੀਰੇ ਵਾਕਈ ਜੁੱਤੀ ਕਿਸੀ ਹੈ ਕੀ ਗੱਲ ਸਵੇਰੇ ਅਖਬਾਰ ਤੇ ਨਹੀਂ ਸੁੱਟਦੀ ਮੱਲੇ ਆਪਣੀ ਫੇਸਬੁੱਕ ਆਈਡੀ ਵੀ ਮੈਨੂੰ ਦੇ ਦੇ ਸ਼ਟ ਅਪ ਆਪਣਾ ਇੰਸਟਾ ਅਕਾਊਂਟ ਵੀ ਮੈਨੂੰ ਦੇ ਦੇ ਕਿਸ ਖੁਸ਼ੀ ਮੈਂ ਲੱਗਦਾ ਸਾਨੂੰ ਦੋਵਾਂ ਨੂੰ ਤੇਰੇ ਹਲ ਧਿਆਨ ਕਰਨਾ ਪੈਣਾ ਹੈ ਮੇਰੀ ਗੱਲ ਸੁਣੋ ਓਏ ਬਾਜੀ ਮੇਰੀ ਗੱਲ ਆ ਜਾ ਇਹਨੂੰ ਫੜ ਲਈਏ ਮੇਰੀ ਗੱਲ ਅੱਜ ਸਾਡੇ ਖਾਬਾਂ ਦਾ ਰਾਂਝਾ ਮਿਲ ਗਿਆ ਸੈਟਰਡੇ ਜਾਣਾ ਜਾਂ ਨਾ ਕਰੋ ਆਪਕੀ ਹੁਸਨ ਕੀ ਤਾਬ ਨਹੀਂ ਲਾ ਸਕਦੇ ਐ ਵੇਖ ਹੀਰੇ ਤੈਨੂੰ ਲੱਗੇਗਾ ਟ੍ਰੇਨ ਚੋਂ ਬਾਂਦਰ ਵੇਖਣ ਡਿਆ ਮੇਰੇ ਨੇੜੇ ਨਾ ਆਉਣਾ ਦਹਿਸ਼ਤਗਰਦ ਔਰ ਤੋਂ ਰਾਂਝਣਾ ਅਸੀਂ ਦੋਵਾਂ ਨੇ ਤੈਨੂੰ ਨਾ ਖੂਬ ਮਾਂਝਣਾ ਇੱਧਰ ਆਓ ਨਹੀਂ ਬਾਹਰ ਆਓ ਇੱਕ ਮਿੰਟ ਪਹਿਲਾਂ ਤੇ ਮੈਂ ਮੱਝਾਂ ਚਾਰਦਾ ਸਾਂ ਅੱਛਾ ਹੁਣ ਮੈਂ ਗਾਵਾਂ ਵੀ ਚਾਰਾਂਗਾ ਬਾਜੀ ਹੀਰੇ ਤੇਰੇ ਵੱਲੋਂ ਇਨਕਾਰ ਹੀ ਸਮਝਾ ਹੀਰੇ ਸ਼ੁਕਰ ਕਰੇ ਨਹੀਂ ਸਿਰਫ ਜ਼ਬਾਨ ਸੇ ਇਨਕਾਰ ਕਰ ਰਹੀ ਹੂੰ ਮੈਂ ਬਲੈਕ ਬੈਲਟ ਹੂੰ ਅੱਛਾ ਬਲੈਕ ਬੈਲਟ ਮੈਨੂੰ ਬਲੈਕ ਬੈਲਟ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਆਪੋਜੀਸ਼ਨ ਮੇਰੇ ਮਗਰ ਚੜੀ ਹੈ ਕਿਉਂ ਮੈਨੂੰ ਅੱਜ ਕੱਲ ਬਲੈਕ ਬੈਲਟ ਲੋਕਾਂ ਦੀ ਜ਼ਰੂਰਤ ਹੈ ਅੱਛਾ ਹਾਂ ਜੱਥੇ ਦੇ ਜੱਥੇ ਮੇਰੇ ਅਲਾ ਰਹੇ ਨੇ ਪਰ ਪਰ ਕੇ ਮੈਨੂੰ ਸਾਰੇ ਕੱਢਣਾ ਚਾਹੁੰਦੇ ਨੇ ਬੇਲੇ ਚੋਂ ਚਾਹੁੰਦੇ ਨੇ ਕਿ ਮੈਂ ਮਜਾ ਨਾ ਚਾਰਾਂ ਓਕੇ ਲੇਕਿਨ ਆਪ ਆਪਣੇ ਪੁਆਇੰਟ ਤੇ ਖੜੇ ਹਾਂ ਮੈਂ ਆਪਣੇ ਪੁਆਇੰਟ ਤੇ ਖੜਾ ਵਾਂ ਸੋਹਣਿਆ ਅੱਛਾ ਪੁਆਇੰਟ ਕੀ ਹੈ ਆਪਕਾ ਮੇਰਾ ਪੁਆਇੰਟ ਹੈ ਇਹ के हक ते सच दा साथ दिता जाए ओके हां अच्छा उसके लिए खुद आप सादिक और अमीन हैं मैं उधर से मैं ही ते आशिक सादिक ठहरे आवा हीरे कई टूने कई जादू तागे सजना हैण कराए पीरां ते फकीरां दे वी तरले मिंता पाए अच्छा रमली पांदी जो भी लब्बे जा हाथ वखाए ते कोई ज़ियारत मिलया नाही जेड़ा विछड़े यार मिला वाह पूरी परफॉर्मेंस में पहली ढंग की बात की है वो भी इसकी अपनी नहीं है ये बाजी हाँ जी मेनू ते मेरा आइडियल मिल गया
तेनू कसम ही तेरे सबका बच्चों की, इधरों की तू आ इधरों की मैं, अज रांझा साढ़े इतों बच के ना जाए। बस मेरी गल सुन नहीं, मैं गल सुन।